ਆਂਡੇ ਹੈਗੇ ਆ ਜੀ ਮੇਰੇ ਸਾਨ ਹੈ ਐਲ ਜਿਹੜੇ ਬਰਾਊਨ ਵਾਲੀਆਂ ਇਹਨਾਂ ਦੇ ਆ ਇੱਕ ਮੇਰੇ ਸਾਨਾਂ ਵਿੱਚ ਹੋਣੀ ਜਾਂਦੀ ਆ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਇੱਥੋਂ ਵਿਖਾ ਲੈਣ ਦੀ ਆਹ ਦੇਖੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਆ ਸਕੇ ਸਾਰੇ ਵਧੀਆ ਹੋ ਗਏ ਖੈਰੀਅਤ ਹੋ ਗਏ ਸੋ ਅੱਜ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਫਿਰ ਵੀ ਅੱਜ ਬੱਦਲ ਹੈਗਾ ਲੇਕਿਨ ਫਿਰ ਵੀ ਅੱਜ ਧੁੱਪ ਚੜ ਗਈ ਆ ਸੋ ਸਾਰਾ ਇਹੀ ਕੁਝ ਬਹੁਤ ਵਧੀਆ ਚੱਲ ਰਿਹਾ ਵਾ ਜੇ ਆਪਾਂ ਕਬੂਤਰਾਂ ਦੀ ਗੱਲ ਕਰੀਏ ਤਾਂ ਕਬੂਤਰ ਸਾਡੇ ਥੋੜ੍ਹੇ ਜੇ ਅੱਜ ਪਹਿਲੇ ਨਾਲੋਂ ਹੋਰ ਜ਼ਿਆਦਾ ਵਧੀਆ ਵਾ ਅਤੇ ਇੱਕ ਕਬੂਤਰੀ ਆ ਜਿਹੜੀ ਉਹ ਥੋੜ੍ਹੀ ਅੱਜ ਢਿੱਲੀ ਆ ਫਿਰ ਕਿਉਂਕਿ ਉਹ ਕੁਝ ਖਾ ਨਹੀਂ ਰਹੀ ਇਹਨੂੰ ਆਪ ਹੀ ਦਾਣੇ ਦੇਣੇ ਪੈ ਰਹੇ ਆ ਨਾਲ ਦਵਾਈ ਵੀ ਦਿੱਤੀ ਹੈਗੀ ਆ ਪਰ ਫਿਰ ਵੀ ਉਹ ਦਾਣੇ ਨਹੀਂ ਲੈ ਰਹੀ ਹੈਗੀ ਅਤੇ ਉਹਨਾਂ ਨੂੰ ਆਪਾਂ ਆਪ ਹੀ ਦਾਣੇ ਦੇ ਰਹੇ ਹਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਵਾਲੀ ਕਬੂਤਰੀ ਆ ਇਹ ਕੁਝ ਨਹੀਂ ਖਾ ਰਹੀ ਹੈਗੀ ਇਹਨੂੰ ਆਪਾਂ ਆਪ ਹੀ ਦਾਣੇ ਦਿੱਤੇ ਸੀ ਰਾਤੀ ਵੀ ਅਤੇ ਜਿਹੜੀ ਇਹ ਵਾਲੀ ਹੈ ਇਹ ਪਹਿਲੇ ਨਾਲੋਂ ਥੋੜ੍ਹਾ ਜਿਹਾ ਠੀਕ ਆ ਖਾਂਦੀ ਆ ਲੇਕਿਨ ਫਿਰ ਵੀ ਓਨਾ ਨਹੀਂ ਖਾਂਦੀ ਹੈਗੀ ਅਤੇ ਕਾਫੀ ਕੱਲ੍ਹ ਦੇ ਨਾਲੋਂ ਵੀ ਠੀਕ ਆ ਫਿਰ ਵੀ ਵੇਖਿਆ ਜਾਵੇ ਤਾਂ ਪਰ ਜਿਹੜੀ ਦੂਸਰੀ ਆ ਇਹ ਡੱਬੀ ਕਬੂਤਰੀ ਲਾਲ ਆ ਉਹ ਕੁਝ ਨਹੀਂ ਖਾ ਰਹੀ ਹੈਗੀ ਸੋ ਆਪਾਂ ਰਾਤੀ ਵੀ ਉਹਨਾਂ ਨੂੰ ਮੈਡੀਸਿਨ ਦਿੱਤੀ ਸੀ ਦਾਣੇ ਆਪ ਦਿੱਤੇ ਉਹਨੂੰ ਖਵਾਏ ਆ ਬਿਲਕੁਲ ਕੁਝ ਖਾਧਾ ਨਹੀਂ ਸੀ ਅਤੇ ਹੁਣ ਵੀ ਆਪ ਹੀ ਦੇਣੇ ਪੈਣੇ ਲੱਗਦਾ ਇਹਨੂੰ ਦਾਣੇ ਕਿਉਂਕਿ ਬਿਲਕੁਲ ਨਹੀਂ ਖਾ ਰਹੀ ਹੈਗੀ ਹੈ ਅਤੇ ਸਵੇਰੇ ਉੱਠ ਕੇ ਪਾਣੀ ਪੀਂਦੀ ਜ਼ਰੂਰ ਆ ਪਾਣੀ ਪੀ ਲੈਂਦੀ ਆ ਬਸ ਪਾਣੀ ਪੀਣ ਤੋਂ ਬਾਅਦ ਕੁਛ ਨਹੀਂ ਖਾਣਾ ਇਹਨੇ ਅਤੇ ਦੂਜੀ ਸਭ ਉਹ ਦੂਜੀ ਸਾਰਾ ਕੁਝ ਖਾਈ ਜਾਂਦੀ ਮਿੱਟੀ ਰੇਤਾ ਜੋ ਵੀ ਸਭ ਕੁਝ ਖਾਣ ਰਹੀ ਆ ਅਤੇ ਉਹ ਬਸ ਵੈਸੇ ਹੀ ਬੈਠੀ ਹੋਈ ਆ ਦੇਖ ਸਕਦੇ ਤੁਸੀਂ ਅਤੇ ਜੇ ਆਪਾਂ ਦੂਜੀ ਦੀ ਗੱਲ ਕਰੀਏ ਦੂਜੀ ਬਿਲਕੁਲ ਖਾ ਰਹੀ ਹੈ ਦਾਣੇ ਦੂਣੇ ਖਾਂਦੀ ਪਈ ਆ ਸਾਰੇ ਖਾਂਦੇ ਪਏ ਆ ਅਤੇ ਬਾਜੀ ਸਾਡੀ ਅਤੇ ਫਿੰਚਿਸ ਸਾਰੀਆਂ ਓਕੇ ਆ ਜੀ ਅਤੇ ਜੋ ਫਿੰਚਿਸ ਆ ਉਹਨੇ ਆਂਡੇ ਦੇ ਦਿੱਤੇ ਆ ਅਤੇ ਮੈਂ ਵੀ ਅੱਜ ਹੀ ਦੇਖੇ ਆ ਕਿਉਂ ਕਾਫੀ ਦਿਨਾਂ ਬਾਅਦ ਉਹਨਾਂ ਦੇ ਲਾਗੇ ਕਲੋਜ ਜਾ ਕੇ ਅੱਜ ਦੇਖਿਆ ਲੇਕਿਨ ਉੱਦਾਂ ਦਾਣੇ ਆਪਾਂ ਰੋਜ਼ ਡੇਲੀ ਪਾ ਦਈਦੇ ਆ ਅਤੇ ਅੱਜ ਦੇਖਿਆ ਸੀ ਇੱਕ ਆਂਡਾ ਵਿੱਚ ਹੈਗਾ ਸੀ ਫਿੰਚਿਸ ਦਾ ਅਤੇ ਬਾਜੀਸ ਦਾ ਤਾਂ ਹਲੇ ਕੁਛ ਨਹੀਂ ਚਾਂਸ ਹੈਗਾ ਲੱਗਦਾ ਕੋਈ ਇਹੋ ਜਿਹਾ ਅਤੇ ਮੈਂ ਤੁਹਾਨੂੰ ਉਹ ਵੀ ਦਿਖਾ ਲਾ ਦੂਰੋਂ ਦਿਖਾ ਲੂੰਗਾ ਅਤੇ ਮੈਂ ਤਾਂ ਵਿਖਾ ਲਾ ਤੁਹਾਨੂੰ ਇੱਥੋਂ ਅਤੇ ਬਾਜੀ ਸਾਡੀਆਂ ਦੇਖੋ ਉੱਪਰ ਬੈਠੀਆਂ ਹੋਈਆਂ ਸਾਰੀਆਂ ਉਹ ਸਾਰੀਆਂ ਉੱਪਰ ਹੀ ਰਹਿੰਦੀਆਂ ਅਤੇ ਫਿੰਚਿਸ ਦੀ ਗੱਲ ਕਰੀਏ ਫਿੰਚਿਸ ਦੇਖੋ ਤੁਸੀਂ ਸਾਰੀਆਂ ਇਹ ਆ ਅਤੇ ਇਹ ਆਂਡੇ ਹੈਗੇ ਆ ਜੀ ਮੇਰੇ ਹਿਸਾਬ ਨਾਲ ਐਲ ਜਿਹੜੇ ਬਰਾਊਨ ਵਾਲੀਆਂ ਇਹਨਾਂ ਦੇ ਆ ਇੱਕ ਮੇਰੇ ਹਿਸਾਬ ਨਾਲ ਵਿੱਚ ਹੋਣੀ ਜਾਂਦੀ ਆ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਇੱਥੋਂ ਵਿਖਾ ਲੈਣ ਦੀ ਆਹ ਦੇਖੋ ਉਹ ਦੇਖ ਰਿਹਾ ਇੱਕ ਆਂਡਾ ਹੈਗਾ ਇਹਦਾ ਫਿੰਚਿਸ ਦਾ ਇਹਨਾਂ ਨੇ ਇਹ ਬਰਾਊਨ ਵਾਲੇ ਜਿਹੜੀਆਂ ਉਹਨਾਂ ਦੇ ਆ ਅਤੇ ਇਹ ਬਰਾਊਨ ਵਾਲੀ ਜਿਹੜੀ ਇਹਨਾਂ ਦੇ ਆਂਡੇ ਹੈਗੇ ਆ ਕਿਉਂਕਿ ਇਹੀ ਵਾਰ ਵਾਰ ਵਿੱਚ ਜਾ ਰਹੀਆਂ ਨੇ ਅਤੇ ਦੂਸਰੀਆਂ ਨੇ ਹਲੇ ਨਹੀਂ ਉਹ ਦੂਸਰੇ ਵਿੱਚ ਗੋਸਲੇ 'ਚ ਉਹ 'ਚ ਵੜਦੀਆਂ ਨੇ ਜਿਹੜੀਆਂ ਸਾਹਮਣੇ ਦੂਜਾ ਬਣਿਆ ਹੋਇਆ ਵਾ ਲੇਕਿਨ ਮੇਰੇ ਖਾਨਾ ਉਹਨਾਂ ਦੇ ਵਿੱਚ ਨਹੀਂ ਆਂਡੇ ਹੈਗੇ ਸ਼ਾਇਦ ਅਤੇ ਕੋਈ ਨਹੀਂ ਉਹ ਵੀ ਦੇ ਦੇਣਗੀਆਂ ਤਾਂ ਬਾਜੀ ਸਾਡੀਆਂ ਅਤੇ ਸਾਡੇ ਕਬੂਤਰ ਅਤੇ ਪਹਿਲੇ ਨਾਲੋਂ ਜਿਹੜੇ ਸਾਡੇ ਕਬੂਤਰੀ ਹੈ ਅਤੇ ਕਬੂਤਰ ਉਹ ਬੈਟਰ ਵਾ ਅਤੇ ਜਿਹੜਾ ਸਾਡਾ ਡੱਬਾ ਕਬੂਤਰ ਲਾਲ ਇਹ ਨਹੀਂ ਜੀ ਬਿਲਕੁਲ ਸਹੀ ਹੈ ਗੱਲ ਇਹ ਅਤੇ ਪਲੀਜ਼ ਮੈਨੂੰ ਕਮੈਂਟਾਂ ਵਿੱਚ ਇਹਦੇ ਬਾਰੇ ਵੀ ਦੱਸਿਆ ਜਾਵੇ ਕਿ ਇਹਨੂੰ ਆਪਾਂ ਕੀ ਦਈਏ ਜਿਹਦੇ ਨਾਲ ਜਲਦੀ ਜਲਦੀ ਠੀਕ ਹੋ ਗਿਆ ਵੀ ਸਾਡਾ ਜੀ ਸਾਡੇ ਉੱਦਾਂ ਬਿਲਕੁਲ ਵੇਖਣ 'ਚ ਬਿਲਕੁਲ ਸਹੀ ਆ ਲੇਕਿਨ ਕਾਫੀ ਇਹਦੇ ਵਿੱਚ ਤਬਦੀਲੀ ਹੈ ਜੋ ਖਾ ਨਹੀਂ ਰਿਹਾ ਕੁਝ ਵੀ ਅਤੇ ਅਸੀਂ ਚਾਹੁੰਦੇ ਹਾਂ ਵੀ ਇਹ ਬਿਲਕੁਲ ਤੰਦਰੁਸਤ ਹੋਵੇ ਬਿਲਕੁਲ ਸਹੀ ਹੋਵੇ ਸਹੀ ਸਲਾਮਤ ਹੋਵੇ ਖਾਣ ਪੀਣ ਲੱਗ ਜੇ ਦਾਣੇ ਦੂਣੇ ਤਾਂ ਫਿਰ ਤਾਂ ਕੋਈ ਟੈਨਸ਼ਨ ਵੀ ਖਤਮ ਹੋ ਜਾਂਦੀ ਆ ਅਤੇ ਇੱਦਾਂ ਉਹਨੂੰ ਵਾਰ ਵਾਰ ਵੇਖਣ ਵੀ ਆਉਣਾ ਪੈਂਦਾ ਇਹਨਾਂ ਨੂੰ ਕਿ ਸਹੀ ਠੀਕ ਠਾਕ ਆ ਸਹੀ ਸਲਾਮਤ ਵਾ ਤੋ ਬਾਕੀ ਗੱਲ ਕਰੀਏ ਬਾਕੀ ਸਹੀ ਆ ਸਾਡੇ ਇਹ ਕਬੂਤਰੀ ਥੋੜ੍ਹੀ ਜਿਹੀ ਲੱਗਦੀ ਆ ਲੇਕਿਨ ਫਿਰ ਵੀ ਠੀਕ ਆ ਸਾਡੇ ਇਹ ਕਬੂਤਰੀ ਆ ਜਿਹੜੀ ਜ਼ਿਆਦਾ ਢਿੱਲੀ ਆ ਬਾਕੀ ਸਾਰੇ ਓਕੇ ਆ ਅਤੇ ਗਿੰਨੀ ਪੀਕ ਦੀ ਗੱਲ ਕਰੀਏ ਤਾਂ ਗਿੰਨੀ ਪੀਕ ਤੁਹਾਨੂੰ ਦਿਖਾ ਦਿੰਦਾ ਮੈਂ ਗਿੰਨੀ ਪੀਕ ਸਾਡੇ ਬਿਲਕੁਲ ਠੀਕ ਠਾਕ ਆ ਜੀ ਉਹਨਾਂ ਨੂੰ ਆਪਾਂ ਬਰਸ਼ਨ ਪਾਇਆ ਖਾ ਰਹੇ ਹਾਂ ਅਤੇ ਤੁਸੀਂ ਦੇਖੋ ਇਹ ਦੋਨਾਂ ਹੀ ਬਿਲਕੁਲ ਓਕੇ ਆ ਅਤੇ ਵਧੀਆ ਗਰੋਥ ਹੋ ਰਹੀ ਇਹਨਾਂ ਦੀ ਵਧੀਆ ਤਰੀਕੇ ਨਾਲ ਚੱਲਦੇ ਪਏ ਆ ਸੋ ਇਹਨਾਂ ਬਾਰੇ ਵੀ ਕੁਝ ਜੇ ਤੁਸੀਂ ਦੱਸਣਾ ਚਾਹੋ ਤਾਂ ਸਾਨੂੰ ਦੱਸ ਸਕਦੇ ਹੋ
कि कुछ इन्हों बारे कोई हर को जो कोई गलत काम हो रहा वा इन्हों सही तरीके नहीं रख रहे तो जरूर सानू दस्सो तो इन्हों भी आप कुछ करने की लोड़ है तो आप जरूर करिए जरा सा एक वाला कबूतर वा मतलब कि मेन जो वाइट कबूतर वो सारा सही है लेकिन उड़ता घट वा कबूतरी का करके थले थले रहा वा ज़्यादा उड़ता नहीं है तो अं उड़ाने भी घट ही हाँ तो यह भी सारा कबूतर ये भी सही आप होया नहीं हले तो जल्दी ही हो जाना भी तो ये भी दोवें उड़न डे पड़ गए फिर तो एक है कबूतर तो एक है कबूतर दोवें सरी हो गए ऐ तो हो गया वा तो साढ़े ए भी हो जाने तो बस ये भी थोड़े ठीक हो जाए मैं इन्हें बीमार होने के चक्कर से नवे कबूतर नहीं लिया के आ रहा मैं डर है कि मैं जो होर लिया तो वह भी बीमार हो जाएंगे तो बस इस चक्कर मैं कबूतर नहीं होर लिया रहा जी तो जल्दी जल्दी ठीक होने तो आप होर लैके आइए कबूतर तो फिर ज़्यादा होर रौनक हो जाएगी कबूतर की कोठे से तो वधिया लगेगा माहौल जाल तो बाजी सी भी साड़ी देखो बैठी हुई है तो मैं बहुत खुशी हुई मैं जो अज सवेरे उन्होंने देखा पिंचस दे अंडे देखे अंडिया देखा तो मैं बहुत खुशी हुई भी चलो साढ़े कुछ ना कुछ वाधा हो लगा वा कुछ ना कुछ वधिया होया वा तो वधिया लगा बहुत तो जल्दी ही मेरे सामने बजिश भी हड्डियाँ अंडे देनगियाँ सो प्लीज़ मैं एक कमेंट जरूर दसना कमेंटा में कि आप फिंचस के बारे फिंचस में कुछ किमें कुछ करने की लड़ तो नहीं है कुछ पाने की लड़ कुछ कुछ खास कुछ काम करने की लड़ तो नहीं ना कि जे एवें चलद रहनगियाँ सो प्लीज़ मैं कमेंटा में जरूर दसना तो जो साढ़े कबूतर आ इन्हों बारे भी जरूर दसना कि आप केड़ी चीज़ वा जी आप दईए तो बिल्कुल ठीक हो जाए जिन्ना क्योंकि बिल्कुल नहीं कुछ खा रहा वो पानी पीता सवेरे उठता पानी पी लेंदा वा तो फिर कुछ नहीं खाता है तो रात भी मैं धक्के ना दाने हूँ भी पोट च दाने है रात देते सी पोट में हले भी दाने वे है मैं हूँ देखा सी सो तुम जरूर मैं कमेंटा जरूर दसना भी आप इलाज कर सकते हैं तो आप जरूर करा तुहानू पता लग जाए इहदी हालत का देखो ते ए कबूतरी भी देखो ए भी कबूतरी थोड़ी धौन चुक के नहीं चलती पूरी पहला बिलकुल धौन चुक के हुण भी गूगल जोगे बैठ जांदी आ ते अजे तो यही उम्मीद करते हैं भी जल्दी जल्दी ठीक हो जाने ते फिर आपां एक तो आप इन्हों का खुडा व्डा बना वा फिलहाल इट की थोड़ी प्रॉब्लम आ इट लिया के आप जिनी भी थोड़ी बहुत होएगी तो आप खुडा जरा व्डा करना है तो मैं काफ़ी मैं यार दोस्त ने कहा भी इतना खुडा जरा छोटा वा बिल्कुल तो यू खुडे व्डा किया जाए तो मेरा भी यही ध्यान भी आप खुडा व्डा करा तो फिर ही कबूतर लियावे होर नवे कोई फायदा नहीं है जे ये भी बीमार आ तो वह भी बीमार हो जाएंगे तो कोई फायदा नहीं आ तो मैं तो यही उम्मीद करता भी जल्दी जल्दी हट दें एक खुडा व्डा बना दिए आप कबूतर होर लाइए कई हद मेरा मूड बनता पाया भी मैं कबूतर भी दे दा एक कबूतर आप दें तो जो आप खुडा व्डा बनावे तो आप कबूतर भी नवे लियावे तो खुडा ता व्डा बन जाना ही है फिर सो फिर कबूतर देने भी जी नहीं करता किसी ने आप कबूतर हम अपने सरी हो गए सारे वधिया तरीके तो हम आप कबूतर दे देंगे तो फिर मजा नहीं है तो आप हम सोचते हैं फिर की करना फिर फिलहाल तो ऐसे देख सकते हो कबूतर खुडा तो काफ़ी है पर फिर भी वेख्या जाए तो छोटा है काफ़ी तो चलो अच्छ सफाई सफुई करनी है इन्हों की खुडा खड्डा की सफाई करा सारी उदा तो बिल्कुल साफ ही रखते हैं पर मैं हफ्ते बाद सफाई कर दिना हूं वा तो गिनी पिग की भी अभी की सफाई इन्हों के भी खुडे की सफाई कर दी आप बाकी कबूतर के खुडे की करनी है सफाई तो जो बजी सवा उन्होंने भी सफाई करनी पैनी थोड़ी बहुत उदा उन्होंने दाने दुने खिल रहे ज्यादा
ਤੇ ਰਾਤੀ ਆਪਾਂ ਕਬੂਤਰ ਉਹਨਾਂ ਤੋਂ ਵੱਖਰੇ ਰੱਖੇ ਸੀ, ਦੂਜੇ ਜਿਹੜੇ ਬਿਮਾਰ ਕਬੂਤਰ ਦੋ ਉਹਨਾਂ ਤੋਂ ਕਬੂਤਰ ਜਿਹੜੇ ਵੱਖਰੇ ਕਰਤੇ ਅਤੇ ਕਬੂਤਰੀਆਂ ਖੁੱਡੇ ਵਿੱਚ ਹੀ ਰਹਿਣ ਦਿੱਤੀਆਂ ਸੀ, ਤਾਂ ਉਹਨਾਂ ਦਾ ਕਰਕੇ ਥੋੜ੍ਹਾ ਬੇਠਾਂ ਬੁੱਠਾਂ ਜ਼ਰੂਰ ਇਹਦੇ ਵੱਡੇ ਕੇਜ ਵਿੱਚ ਆਈਆਂ ਵਾ। ਆਹ ਤੁਸੀਂ ਦੇਖ ਸਕਦੇ ਹੋ ਵੀ ਰਾਤੀ ਆਪਾਂ ਉਹਨਾਂ ਨੂੰ ਇਹਦੇ ਵਿੱਚ ਰੱਖਿਆ ਸੀ ਕਬੂਤਰਾਂ ਦੋਨਾਂ ਨੂੰ, ਅਤੇ ਕਬੂਤਰੀਆਂ ਨੂੰ ਉਹਨਾਂ ਦੇ ਵਿੱਚ ਹੀ ਰੱਖਿਆ ਗੁੱਡੇ ਦੇ ਵਿੱਚ, ਅਤੇ ਅਸੀਂ ਡਰਦੇ ਸੀ ਕਿਤੇ ਉਹ ਬਿਮਾਰ ਨਾ ਹੋ ਜਾਣ ਉਹ ਵੀ ਰਲ ਕੇ ਨਾਲ, ਅਤੇ ਇਸ ਕਰਕੇ। ਅਤੇ ਬਾਕੀ ਤੁਸੀਂ ਮੈਂ ਜ਼ਰੂਰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਆਪਾਂ ਇਹਨਾਂ ਨੂੰ ਜੇ ਜਲਦੀ ਜਲਦੀ ਠੀਕ ਕਰਨਾ ਚਾਹੀਏ ਅਤੇ ਕੀ ਇਹਨਾਂ ਦਾ ਇਲਾਜ ਕੀਤਾ ਜਾਵੇ। ਸੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਕਰਦੇ ਹਾਂ ਐਂਡ, ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ। ਸੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਤੇ। ਓਕੇ ਜੀ, ਬਾਏ।